एक अजिहा नौजवान है जिन्हें एक वक्रे ढंग अपनी गड्डी नू खालसाई चिन्हां नाल सजाया। हर बार गड्डी सजाने हो, कुछ नवा करन दी कोशिश कर रहे हो, इस बार जिथे तुसी खालसाई जिहड़े निशान ने गड्डी दे सरोवर दे नाल ही तुसी इस बार लिख के भी गड्डी दे उत्ते वधाइयां दे रहे हो विसाखी दीआं संगतां नू, किवें कहोगे? हौली हौली गांह दी गांह जिदा जिदा पता लगता जाता उदा उदा फिर मैं वधी जाना वा। काफ़ी ज़्यादा वा नौजवान आ, कई ने फोन करके भी पूछा, कई ने बनाने की कोशिश भी करते भी किदा बनाए आ। खर्चा तो हुण जिथे आई जाईदा खर्चा तो हुंदा ही आ। चलो ये भी हजे मेहनत दीगा भी कोई भी मैं अंदाजा लाया जिदा मेहनत का, चलो महाराज दई जाता इदा ही भी चली जाता वा। ये देखो जी नगर कीर्तना की शान आ, इस तरह गड्डी नूं सजाउणा ये शौक आ मन दे विच भी असी नगर कीर्तन उत्थे निकलना आ फलानी जगह इस गुरद्वारे वालों इस शहर विच नगर कीर्तन निकलना। साढ़े जिदा साढ़े बच्चे जिहड़े अज दे नौजवान ने साढ़े सिख धर्म दे विच ਉਹ ਜਦੋਂ ਇਹੋ ਜਿਹੀਆਂ ਚੀਜ਼ਾਂ ਵੇਖਦੇ ਉਹਨਾਂ ਨੂੰ ਮਨ 'ਚ ਵੀ ਉਤਸ਼ਾਹ ਪੈਦਾ ਹੁੰਦਾ ਆ। ਅਤੇ ਮੋਹਰੇ ਜਿਹੜਾ ਉਹਨੇ ਇੱਕ ਜਿਹੜਾ ਸਿੰਘ ਜੇ ਆਪਾਂ ਨਿਹੰਗ ਸਿੰਘ ਦੀ ਗੱਲ ਕਰੀਏ ਉਹਦਾ ਇੱਕ ਬੁੱਤ ਜਿਹੜਾ ਸਟੈਚੂ ਆ ਉਹ ਗੱਡੀ ਦੇ ਉੱਤੇ ਲਗਾਇਆ ਗਿਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ, ਮੈਂ ਦਲਜੀਤ ਮੱਕੜ। ਅੱਜ ਇਟਲੀ ਦੇ ਸ਼ਹਿਰ ਬਰੇਸ਼ੀਆ ਵਿਖੇ ਗੁਰਦੁਆਰਾ ਸਿੰਘ ਸਭਾ ਫਲੈਰੋ ਦੁਆਰਾ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜਿੱਥੇ ਕਿ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ। ਉੱਥੇ ਹੀ ਜਿਹੜੀ ਨੌਜਵਾਨੀ ਆ ਉਹ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਆ। ਇੱਥੇ ਅਜਿਹੇ ਵੀ ਨੌਜਵਾਨ ਨੇ ਜਿਹੜੇ ਕਿ ਵੱਖ ਵੱਖ ਮੋਟਰਸਾਈਕਲ ਲੈ ਕੇ ਆਏ ਨੇ। ਇੱਕ ਅਜਿਹਾ ਨੌਜਵਾਨ ਆ ਜਿਹਨੇ ਇੱਕ ਵੱਖਰੇ ਢੰਗ ਨਾਲ ਆਪਣੀ ਗੱਡੀ ਨੂੰ ਖਾਲਸਾਈ ਚਿੰਨ੍ਹਾਂ ਨਾਲ ਸਜਾਇਆ। ਅੱਜ ਉਸ ਨੌਜਵਾਨ ਨਾਲ ਗੱਲਬਾਤ ਕਰਾਂਗੇ, ਮੈਂ ਕੈਮਰਾਮੈਨ ਦਿਖਾਊਂਗਾ। ਪਹਿਲਾਂ ਇਸ ਗੱਡੀ ਦਾ ਦਰਸ਼ਕਾਂ ਨੂੰ ਦਿਖਾਇਆ ਜਾਵੇ, ਜਿਹੜੀ ਮੁੰਡੇ ਨੇ ਖਾਲਸਾਈ ਚਿੰਨ੍ਹ ਨੇ ਜਿਹੜੇ ਗੱਡੀ 'ਤੇ ਸਜਾਏ ਨੇ। ਹੁਣ ਉਸ ਨੌਜਵਾਨ ਨਾਲ ਵੀ ਗੱਲਬਾਤ ਕਰਾਂਗੇ। ਇਹ ਨੌਜਵਾਨ ਦੀ ਖਾਸੀਅਤ ਇਹ ਹੈ ਕਿ ਇਟਲੀ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਸਜਾਏ ਜਾ ਰਹੇ ਨਗਰ ਕੀਰਤਨਾਂ ਮੌਕੇ ਇਹ ਗੱਡੀ ਨੂੰ ਹਰ ਜਗ੍ਹਾ ਲੈ ਕੇ ਜਾਂਦਾ ਹੈ। ਗੱਲਬਾਤ ਕਰਦੇ ਆ ਨੌਜਵਾਨ ਹਰਵਿੰਦਰ ਸਿੰਘ ਨਾਲ। ਹਰਵਿੰਦਰ ਜੀ, D5 ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਮੈਂ ਆਪ ਜੀ ਦਾ ਧੰਨਵਾਦ ਕਰਦਾ ਹਾਂ, D5 ਚੈਨਲ ਦਾ ਬਹੁਤ ਬਹੁਤ ਧੰਨਵਾਦ, ਜਿਹੜਾ ਤੁਸੀਂ ਸਮਾਂ ਦਿੱਤਾ, ਜਿਹੜਾ ਪੂਰੀ ਦੁਨੀਆ ਦੇ ਵਿੱਚ ਦਿਖਾ ਰਹੇ ਹੋ ਤੁਸੀਂ। ਮਿੰਦਰ ਜੀ, ਤੁਸੀਂ ਹਰ ਵਾਰ ਗੱਡੀ ਸਜਾਉਂਦੇ ਹੋ, ਕੁਛ ਨਵਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਇਸ ਵਾਰ ਜਿੱਥੇ ਤੁਸੀਂ ਖਾਲਸਾਈ ਜਿਹੜੇ ਨਿਸ਼ਾਨ ਨੇ ਉਹ ਗੱਡੀ ਦੇ ਸਰੋਵਰ ਅਤੇ ਨਾਲ ਹੀ ਤੁਸੀਂ ਇਸ ਵਾਰ ਲਿਖ ਕੇ ਵੀ ਗੱਡੀ ਦੇ ਉੱਤੇ ਵਧਾਈਆਂ ਦੇ ਰਹੇ ਹੋ ਵਿਸਾਖੀ ਦੀਆਂ ਸੰਗਤਾਂ ਨੂੰ, ਕਿਵੇਂ ਕਹੋਗੇ? ਮੈਂ ਹੌਲੀ ਹੌਲੀ ਗਾਂਹ ਦੀ ਗਾਂਹ ਜਿੱਦਾਂ ਜਿੱਦਾਂ ਪਤਾ ਲੱਗਦਾ ਜਾਂਦਾ ਉੱਦਾਂ ਉੱਦਾਂ ਫਿਰ ਮੈਂ ਵਧੀ ਜਾਂਦਾ ਵਾਂ ਵੀ ਸਕਰੀਨ ਨਾਲ ਹੀ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਗਾਂਹ ਹੋਰ ਕੋਸ਼ਿਸ਼ ਕਰਾਂਗੇ, ਕੁਛ ਚੇਂਜ ਕਰਾਂਗੇ, ਜਿੱਦਾਂ ਹਰ ਸਾਲ ਦੀ ਕਰ ਕੋਈ ਨਾ ਕੁਛ ਚੇਂਜ ਲਿਆਵਾਂਗੇ, ਕਰਾਂਗੇ। ਬਹੁਤ ਵਧੀਆ ਲੱਗੇ, ਜਿਹੜਾ ਹਰ ਇੱਕ ਦੇਖ ਕੇ ਸੰਗਤ ਦੇਖਦੀ ਆ ਬਹੁਤ ਵਧੀਆ, ਬਹੁਤ ਵਧਾਈਆਂ ਦਿੰਦੇ ਆ ਵੀ ਬਹੁਤ ਸੋਹਣਾ ਕੰਮ ਕੀਤਾ ਵਾ। ਵੀ ਮੈਂ ਵੀ ਇਹੀ ਕਹਿੰਦਾ ਵੀ ਹਰ ਇੱਕ ਨੌਜਵਾਨ ਅੱਗੇ ਆਵੇ ਵੀ ਇਹ ਜਿਹੜਾ ਕੰਮ ਇਹੋ ਜਿਹਾ ਹਰ ਇੱਕ ਨੌਜਵਾਨ ਕਰੇ। ਜਿਵੇਂ ਹੀ ਤੁਸੀਂ ਹਰ ਵਾਰ ਲੈ ਕੇ ਜਾਂਦੇ ਹੋ ਨਗਰ ਕੀਰਤਨਾਂ 'ਤੇ ਗੱਡੀ, ਨੌਜਵਾਨੀ ਕਿੰਨੀ ਕੁ ਉਤਸ਼ਾਹਿਤ ਹੁੰਦੀ ਆ ਇੱਦਾਂ ਦੇ ਕੰਮਾਂ ਤੋਂ? ਕਾਫੀ ਜ਼ਿਆਦਾ ਵਾ ਨੌਜਵਾਨ ਆ, ਕਈਆਂ ਨੇ ਫੋਨ ਕਰਕੇ ਵੀ ਪੁੱਛਿਆ, ਕਈਆਂ ਨੇ ਬਣਾਉਣ ਦੀ ਕੋਸ਼ਿਸ਼ ਵੀ ਕਰਦੇ ਆ ਵੀ ਕਿੱਦਾਂ ਬਣਾਏ ਆ, ਉਹ ਕਿਹੜੀਆਂ ਮੋਟਰਾਂ ਕਿਹੜੀਆਂ ਲੱਗੀਆਂ ਵਾ ਉਹ ਵੀ ਦੱਸਿਆ ਵਾ, ਵੀ ਜਿੱਦਾਂ ਵੀ ਮੋਟਰਾਂ ਵਾ ਇਹਦੀ ਸਪੀਡ ਵੱਧ ਘੱਟ ਕਰਨੀ ਆ, ਉਹ ਵੀ ਵੱਖਰਾ ਪੁਰਜਾ ਨਾਲ ਲੱਗਦਾ ਵਾ, ਜਿੱਦਾਂ ਵੀ ਨਿੱਕਾ ਜਿਹਾ ਪੁਆਇੰਟ ਹੁੰਦਾ ਵਾ ਉਹ ਨਾਲ ਲੱਗਦਾ ਵਾ। ਜਿਹੜੀਆਂ ਮੋਟਰਾਂ ਵਾ ਉਹਦੇ ਨਾਲ ਸਪੀਡ ਵੱਧ ਘੱਟ ਵੀ ਹੋ ਜਾਂਦੀ ਹੈ, ਨਹੀਂ ਤਾਂ ਫਿਰ ਸਪੀਡ ਨਾ ਹੀ ਆਪਾਂ ਪੁਆਇੰਟ ਲਾਉਂਦੇ ਉਹ ਸਪੀਡ ਜ਼ਿਆਦਾ ਤੇਜ਼ ਚੱਲਦੀ, ਉਹਦੇ ਨਾਲ ਫਿਰ ਸਪੀਡ ਹੌਲੀ 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 ਚੱਲਦਾ। ਫਿਰ ਕਿੰਨਾ ਕੁ ਖਰਚਾ ਤੁਹਾਡਾ ਹਰ ਵਾਰ ਜਿਹੜਾ ਨਗਰ ਕੀਰਤਨਾਂ 'ਤੇ ਇੱਕ ਨਗਰ ਕੀਰਤਨ 'ਤੇ ਆਉਣ ਦਾ ਅਤੇ ਲੱਗ ਜਾਂਦਾ ਤੁਹਾਡਾ, ਜਾਂ ਤੁਸੀਂ ਜਿਹੜੇ ਨਵੀਂ ਤਕਨੀਕ ਨਾਲ ਬਣਾਉਂਦੇ ਹੋ, ਕਿੰਨਾ ਖਰਚਾ ਤੁਸੀਂ ਇੱਕ ਸਾਲ ਦਾ ਇਸ 'ਤੇ ਕਰ ਦਿੰਦੇ ਹੋ? ਖਰਚਾ ਤਾਂ ਹੁਣ ਜਿੱਥੇ ਆਈ ਜਾਈਦਾ ਖਰਚਾ ਤਾਂ ਹੁੰਦਾ ਹੀ ਆ। ਚਲੋ ਇਹ ਆ ਵੀ ਹਜੇ ਮਿਹਨਤ ਦੀਗਾ ਵੀ ਕੋਈ ਵੀ ਮੈਂ ਅੰਦਾਜ਼ਾ ਲਾਇਆ ਜਿੱਦਾਂ ਮਿਹਨਤ ਦਾ, ਚਲੋ ਮਹਾਰਾਜ ਦਈ ਜਾਂਦਾ ਇੱਦਾਂ ਹੀ ਵੀ ਚੱਲੀ ਜਾਂਦਾ ਵਾ, ਖਰਚੇ ਤਾਂ ਨਹੀਂ ਹਜੇ ਕੋਈ ਐਸੀ ਕੱਢਿਆ।
हर बार नगर कीर्तन सजाए जाते हैं, बड़ा इकट्ठ होता है इटली दे विच संगतां दा, की कहोगे तुसी? मैं सारिया संगतां दा दिलों धन्नवाद करता हाँ भी सारिया संगतां वध तो वध नगर कीर्तन ते पौन चढ़दी कला च रहन। वाहिगुरू का खालसा वाहिगुरू की फतह। सभा फलैरो के प्रधान सरदार सुरिंदर सिंह पंडोरी मौजूद ने। पंडोरी साहब, जदों इदां दे नौजवान वक्री दिख लैके नगर कीर्तन च पहुँचदे ने, किदां दा उत्साह लगदा तुहानूं? वाहिगुरू जी का खालसा, वाहिगुरू जी की फतेह। ये देखो जी, नगर कीर्तन की शान आ, इस तरह गड्डी नूं सजाउणा ये शौक आ मन दे विच भी असी नगर कीर्तन उत्थे निकलना आ फलानी जगह इस गुरद्वारे वालों इस शहर में नगर कीर्तन निकलना, और पता नहीं किन्ने समय तो पहले तो तैयारी करते हैं। ये बड़ा इन्हों का शौक आ अपने कामां काजां नूं टाइम कढ के फिर इस तरह गड्डियां बनाउणियां, उत्ते खंडे लगातार घूमने, सारा तकनीक जिहड़ी है इन्हां ने अपना दिमाग यूज़ किया। बहुत हरमिंदर सिंह मुंडा हर साल पिछले साल भी साढ़े को आया सीगा इत्थे, तो दास खुशी प्रकट करता, इन्हां नूं वधाई भी दिंदा भी बहुत वधिया काम करदे ने। एक देखिया वधिया साढ़े जिदा साढ़े बच्चे जिहड़े अज दे नौजवान ने साडे सिख धर्म दे विच, उह जदों इहो जिहियां चीज़ां वेखदे उहनां नूं मन च वी उत्साह पैदा हुंदा आ, सिक्खी प्रति प्यार वधदा आ, बहुत वधिया गल आ। होर भी बच्चिआं नूं अग्गे आउणा चाहीदा। बिल्कुल, इन्हां नूं वेख के इदां दे काम सारे साढ़े सिख नौजवान जिहड़े ने उह करदे आ। पिछे देखो तुसीं गतका टीमां लग्गियां होईआं ने, उहनां वी गतका इत्थे इटली 'च सिखिआ आ, और इत्थे रहि के इटली दे विच रहि के इत्थे अमृत छके ने, इत्थे सिक्खी सरूप च आए ने, और इत्थे ही सिक्खी नाल जुड़े ने, और नौजवान बच्चों के उत्साह आ बड़ा। तो यहोजे नगर कीर्तन जिहड़े ने उपराले ने साडे सिख धर्म के वालों, सारे वालों, सारिया प्रबंधक कमेटियां वालों, जथेबंदियां वालों, तो यहोजे उपराले होने चाहिए ने। साडे नाल नौजवान सिंह सभा फलैरो के जिहड़े मैंबर ने मौजूद ने। डिप्टी साहब, इदां दे नौजवान जदों नगर कीर्तन दे विच कोई वक्री दिख लै के पहुँचते हैं, किदां दा लगदा तुहानूं? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ, ਬਰੇਸ਼ੀਆ ਨਗਰ ਕੀਰਤਨ ਦੇ ਪਹੁੰਚਿਆਂ ਨੂੰ, ਸਾਰਿਆਂ ਨੂੰ ਹੀ ਜੀ ਆਇਆਂ ਨੂੰ ਆਖਦੇ ਹਾਂ। ਜਿੱਥੇ ਕਿ ਹਰਮਿੰਦਰ ਸਿੰਘ ਆਏ ਸਾਲ ਬਰੇਸ਼ੀਆ ਦੇ ਨਗਰ ਕੀਰਤਨ ਵਿੱਚ ਪਹੁੰਚਦੇ ਨੇ ਗੱਡੀ ਦੀ ਫ੍ਰੀ ਸੇਵਾ ਲੈ ਕੇ, ਬੜੇ ਨੌਜਵਾਨਾਂ ਤੋਂ ਉਤਸ਼ਾਹ ਹੈ ਵੀ ਬਰੇਸ਼ੀਆ ਦਾ ਨਗਰ ਕੀਰਤਨ ਹੈ, ਆ ਕੇ ਸੇਵਾ ਲੈਂਦੇ ਨੇ, ਫ੍ਰੀ ਸੇਵਾ, ਕੋਈ ਮਾਇਆਦਾਨੀ ਕੋਈ ਕਿੱਦਾਂ ਨਹੀਂ। ਇੰਨੇ ਸੋਹਣੇ ਗੱਡੀ ਸਜਾਈ ਹੋਈ ਇਹਨਾਂ ਨੇ, ਕਹਿਣ ਦੀ ਗੱਲ ਨਹੀਂ ਹੈਗੀ। ਮਹਾਰਾਜ ਇੱਦਾਂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਇਵੇਂ ਸਹਿਯੋਗ ਬਣਿਆ ਰਹੇ, ਆਉਂਦੇ ਸਾਲ ਨੂੰ ਅਸੀਂ ਇਹਨਾਂ ਦਾ ਹੋਰ ਉਤਸ਼ਾਹ ਵਧਾਵਾਂਗੇ। ਸਾਡੇ ਨਾਲ ਗੱਲਬਾਤ ਕਰਨ ਲਈ ਇੰਗਲੈਂਡ ਤੋਂ ਪ੍ਰਸਿੱਧ ਪੱਤਰਕਾਰ ਸੰਦੀਪ ਸਿੰਘ ਜੀ ਵੀ ਪਹੁੰਚੇ। ਸੰਦੀਪ ਜੀ, ਆਹ ਨੌਜਵਾਨ ਦੁਆਰਾ ਗੱਡੀ ਸਜਾਈ ਗਈ ਆ ਜੀ, ਵਿਦੇਸ਼ਾਂ ਦੇ ਵਿੱਚ ਏਡੇ ਏਡੇ ਮਹਾਨ ਨਗਰ ਕੀਰਤਨ ਸਜਾਏ ਜਾ ਰਹੇ ਨੇ, ਜਿਹੜੀ ਨੌਜਵਾਨੀ ਆ ਉਤਸ਼ਾਹਿਤ ਆ, ਕੀ ਕਹੂੰ? ਬਿਲਕੁਲ ਮੱਕੜ ਸਾਹਿਬ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਇਹੋ ਜਿਹੇ ਉਪਰਾਲੇ ਜਿਹੜੇ ਨਾ ਇਹ ਕਰਨੇ ਚਾਹੀਦੇ ਨੇ। ਸਾਡੇ ਜਿਹੜੇ ਛੋਟੇ ਛੋਟੇ ਬੱਚੇ ਆ ਨਾ, ਅਸੀਂ ਜਦੋਂ ਉਹਨਾਂ ਨੂੰ ਸਵਾਲ ਕਰਦੇ ਹਾਂ ਵੀ ਅੱਜ ਅਸੀਂ ਕਿਉਂ ਇੱਥੇ ਪਹੁੰਚੇ ਹਾਂ, ਤਾਂ ਉਹ ਮੋਹਰਿਓਂ ਇਟਾਲੀਅਨ ਦੇ ਵਿੱਚ ਜਵਾਬ ਦਿੰਦੇ ਨੇ ਕਿ ਔਜੀ ਗ੍ਰਾਂਦੇ ਫੇਸਤਾ ਕਮੂਨੀਤਾ ਇੰਡੀਆਨਾ, ਮਤਲਬ ਫੇਸਤੇ ਦੇ ਵਿੱਚ ਜੇ ਆਪਾਂ ਗੱਲ ਕਰੀਏ, ਤਿਉਹਾਰ ਦੀ ਆਪਾਂ ਗੱਲ ਕਰਦੇ ਹਾਂ, ਅੱਜ ਸਾਡੇ ਬੱਚਿਆਂ ਨੂੰ ਇਹ ਜ਼ਰੂਰੀ ਆ ਸਾਡਾ ਕਿਹੜਾ ਫੇਸਤਾ ਆ, ਸਾਡਾ ਕਿਹੜਾ ਤਿਉਹਾਰ ਆ। ਅੱਜ ਜੇ ਸਾਡਾ ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾਇਆ ਜਾ ਰਿਹਾ ਇਟਲੀ ਦੇ ਵਿੱਚ, ਇਹੋ ਜਿਹੇ ਉਪਰਾਲੇ ਸਾਡੇ ਨੌਜਵਾਨ ਜਿਹੜੇ ਬੱਚੇ ਅੱਜ ਪ੍ਰੋਬਲਮ ਮੱਕੜ ਸਾਹਿਬ ਪਤਾ ਕੀ ਆ, ਪ੍ਰੋਬਲਮ ਸਾਡੇ ਹੁਣ ਤਕਰੀਬਨ ਤੁਸੀਂ ਦੇਖਦੇ ਹੋ ਹਰ ਇੱਕ ਦੇ ਹੱਥ ਦੇ ਵਿੱਚ ਮੋਬਾਈਲ ਟੈਲੀਫੋਨ ਆ, ਉਹ ਤਸਵੀਰਾਂ ਵੀਡੀਓ ਕੈਦ ਕਰ ਰਿਹਾ ਆਪਣੇ ਫੋਨ ਦੇ ਵਿੱਚ, ਉਹਨੂੰ ਇਹ ਨਹੀਂ ਪਤਾ ਵੀ ਇਹ ਕਿਉਂ ਨਿਕਲ ਰਿਹਾ ਨਗਰ ਕੀਰਤਨ। ਜਿੱਥੇ ਨੌਜਵਾਨੀ ਦੇ ਵਿੱਚ ਇੱਦਾਂ ਦਾ ਉਤਸ਼ਾਹ ਆ, ਉੱਥੇ ਹੀ ਨੌਜਵਾਨੀ ਮਹਾਰਾਜ ਦਾ ਸਤਿਕਾਰ ਕਰਨ ਦੀ ਬਜਾਏ ਤੁਹਾਡਾ ਜਿਵੇਂ ਦੱਸਣਾ ਵੀ ਮੋਬਾਈਲਾਂ ਨੂੰ ਹੱਥ 'ਚ ਅੱਗੇ ਹੱਥ ਜੋੜ ਕੇ ਸਤਿਕਾਰ ਹੁੰਦਾ ਸੀ, ਹੁਣ ਮੋਬਾਈਲਾਂ ਨੂੰ ਹੱਥ 'ਚ ਲੈ ਕੇ ਸਤਿਕਾਰ ਹੋ ਰਿਹਾ। ਬਿਲਕੁਲ, ਇਹਦੇ ਵਿੱਚ ਕੋਈ ਤੁਸੀਂ ਬਿਲਕੁਲ ਸਹੀ ਗੱਲ ਕਹੀ ਆ ਕਿ ਇਸ ਲਈ ਜਿੱਦਾਂ ਇੱਕ ਇਹ ਕੁਛ ਸਮਾਂ ਆ ਸਾਡੇ ਕੋਲ, ਜੇ ਆਪਾਂ 1 ਵਜੇ ਆਰੰਭਤਾ ਹੋਈ ਆ ਤਾਂ ਤਕਰੀਬਨ 6 ਵਜੇ ਦੀ ਸੰਪੂਰਨਤਾ ਹੋ ਜਾਣੀ ਆ। ਤੁਸੀਂ ਵੱਖ ਵੱਖ ਚੈਨਲਾਂ 'ਤੇ ਜਿਹੜੀਆਂ ਇਹ ਨਗਰ ਕੀਰਤਨ ਜਿਹੜਾ ਲਾਈਵ ਦਿਖਾਇਆ ਜਾ ਰਿਹਾ, ਤੁਸੀਂ ਕਿਤੋਂ ਵੀ, ਪਰ ਜੇ ਤੁਸੀਂ ਗੁਰੂ ਸਾਹਿਬ ਦਾ ਸਤਿਕਾਰ ਆ ਅਤੇ ਜਾਣੂ ਜਿਹੜਾ ਸਤਿਕਾਰ ਅੱਜ ਤੋਂ ਕੁਛ ਸਮਾਂ ਪਹਿਲਾਂ 25-30 ਸਾਲ ਪਹਿਲਾਂ ਹੁੰਦਾ ਸੀ, ਉਹ ਸਤਿਕਾਰ ਹੋਣਾ ਚਾਹੀਦਾ। ਅਸੀਂ ਕਿਉਂ ਜਨਰੇਸ਼ਨ ਨੂੰ ਕੀ ਸਿਖਾ ਕੀ ਰਹੇ ਹਾਂ? ਅੱਜ ਇੱਕ ਵੱਡਾ ਇਹ ਸਵਾਲ ਇਹ ਆ, ਅਸੀਂ ਠੀਕ ਆ ਸੰਗਤਾਂ ਬਹੁਤ ਉਤਸ਼ਾਹ ਦੇ ਨਾਲ ਸਫਾਈ ਦਾ ਮੇਰੇ ਕਰ ਰਹੀਆਂ ਨੇ, ਅੱਜ ਬੱਚਿਆਂ ਨੂੰ ਇਹ ਦੱਸਣਾ ਚਾਹੀਦਾ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰਨ ਦੇ ਲਈ ਅਸੀਂ ਜਿਹੜਾ ਮੋੜੇ ਸਵਾਈ ਦੀ ਮੁਹਿੰਮ ਜਿਹੜੀ ਉਹ ਚਲਾਈ ਹੋਈ ਆ, ਪਰ ਅੱਜ ਉਹ ਬੱਚੇ ਛੋਟੇ ਛੋਟੇ ਬੱਚੇ ਉਹ ਸਕਰੀਨ ਉਹ ਲੈ ਰਹੇ ਨੇ, ਇਹ ਬੀਬੀਆਂ ਕਿਉਂ ਸਫਾਈ ਕਰ ਰਹੀਆਂ ਨੇ, ਇਹ ਜਿਹੜੇ ਸਾਡੇ ਭੈਣ ਭਰਾ ਕਿਉਂ ਸਫਾਈ ਕਰ ਰਹੇ, ਕਿਸੇ ਨੂੰ ਕੋਈ ਪਤਾ ਨਹੀਂ।
एक यह जिया गलां पर जिदा तुसीं आ गड्डी दी नौजवान की गल की आ कि बहुत वधिया इस नौजवान ने उपराला किया कि स्क्रीन के उत्ते लिखिया आ सारा लिखिया आ रहा लख लख वधाइया नगर कीर्तन दियां ते मोहरे जिहड़ा उहने एक जिहड़ा सिंह जे आपां निहंग सिंह की गल करिए उहदा एक बुत जिहड़ा स्टैचू आ उह गड्डी उत्ते लगाया गया एक खिच दा केंद्र यह चीज़ बनी हुई आ कि अज बच्चे सवाल करते हैं क्यों कि आपां दस सकदे आ कि अज दस सकदे आ कि इह साडे निहंग सिंह ने धन धन श्री गुरु गोबिंद सिंह महाराज जी ने अज दे दिन खालसा पंथ की स्थापना की पंजां प्यारियां तों अमृत छकिया ते अज खालसा दिहाड़ा जिहड़ा अज प्रगट होया ये बहुत चीज़ां बहुत जरूरी ने मकर साहब असीं पहुँच तां गए हां इत्थे पर कितना कितें असीं अपनी बोली सभ्याचार ते अपने धर्म तों थोड़ा थोड़ा मैनूं लगता विसरदे जा रहे पर हाँ जे इदां दे नगर कीर्तन होणगे इदां दीआं जिहड़ीआं चीज़ां खिच दा केंद्र बणनगीआं ते मैनूं लगता असीं फिर जिहड़ा जिहड़ी जिद्दां मैं चाहुंदा आ कि जिद्दां गुरु ग्रंथ साहिब दा सत्कार दा असीं करदे हां पर विखावे विच ना करिए जी इदा के नौजवान ने जोड़े अपने पल्यों पैसे भी खर्च रहे हैं उन्होंने कोई जिमें आप ये भी कह सकते हैं किसी पैसों का जिसमें लालच भी नहीं है पर उन्होंने पर नाल नाल कोई कमेटी इन्ना ज़्यादा सहयोग भी नहीं कर रही इदा के नौजवानों का योजे मकर साहब यो जी चीज़ा जड़िया खिच एक योजना चीज़ा चाहदिया ने जिदा गल की नौजवान तुम यह देख सकते मैं कहूँगा दिखाया जाए कि दखूर जरूर दिखाया जाए स्टैचू जो एक सिंह साहबान का सजाया गया हाथ जरा नेजा तुम देख सकते हो मतलब पूरी एक जी देखिया वो निहंग सिंह के बाने वाली आ एक बहुत चीज़ ये अपने आप में एक जी बोत है ये बहुत कुछ बयान कर रहा पर सानू सीखना पेगा समझना पेगा बहुत बहुत धन्यवाद जी धन्यवाद जी वाहेगुरु जी का खालसा वाहेगुरु जी की फतह निडर हाँ निरपक्ष रहा आजाद हाँ सच कहा गल करांगे सियासी हवा दी होणगे हुकमराना नू सिद्धे सवाल सब तो पहला पहुंचावांगे तुहाडे तक सिर्फ सच्ची खबर दसांगे कौन कर रहा है थोड़े ते सफर विदेशां च बैठे पंजाबियां दे हक दी करांगे गल कैनेडा दी हर सियासी खबर लेके आवांगे तुहाडे वल उभरांगे पंजाब दी आवाज बन होणगे हर पहलू ते रोज चर्चे खोलांगे अंदरूनी राज बणांगे बुलंद आवाज खेड सिक्ख्या सेहत खेती दी बात पावांगे हर पिंड हर शहर जावांगे मनोरंजन नाल जुड़े कलाकारां नाल करवावांगे मुलाकात संघर्षां वाली जिंदगी ते मारांगे चाल की ने साडे कानून फर्ज ते अधिकार की करदी है साडी सरकार की है तुहाडी मुश्किल दा हल D5 चैनल पंजाबी दी कचहरी च होवेगी सिर्फ लोकां दी गल धर्म धरोहर सेहत और संस्कृति की होगी बात अब D5 चैनल हिंदी भी होगा सर D5 चैनल पंजाबी अपनी धरती अपने लोग सत श्री अकाल जी मैं हाँ कुलराज रंधावा ते तुसी वेख रहे हो D5 चैनल पंजाबी जिहड़ा लॉन्च हो चुका है हुण कैनेडा विच